ਬਟਾਲਾ ਦੇ 18 ਸਾਲ ਦੇ ਨੌਜਵਾਨ ਵੱਲੋਂ ਦਕਸ਼ਿਨ ਕੋਰੀਆ ਅੰਡਰ 20 ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਚ ਡਿਸਕਸ ਥਰੋ ਚ ਮੈਡਲ ਜਿੱਤਿਆ। ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ, ਆਓ ਤੁਹਾਨੂੰ ਦੱਸਦੇ ਹਾਂ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸ ਮੰਜ਼ਰ ਦੀਆਂ ਜਿੱਥੇ ਤੁਸੀਂ ਦੇਖਦੇ ਪਏ ਹੋ ਕਿ ਨੌਜਵਾਨ ਵੱਲੋਂ ਖੇਡਿਆ ਜਾ ਰਿਹਾ ਕਿ ਨਾਲ ਦੇ ਨਾਲ ਜਿੱਤ ਹਾਸਲ ਕੀਤੀ ਜਾ ਰਹੀ ਕਿ ਉਹਨੂੰ ਅਤੇ ਮੇਰੇ ਸਟਾਫ ਦੇ ਵਿੱਚ ਜਿਹੜੇ ਰਜੀਵ ਮੈਡਮ ਜਿਹੜੇ ਉਹ ਸਰਵਿਸ ਕਰਦੇ ਆ, ਇਹ ਡਾਟਾ ਆਪਰੇਟਰ ਦੀ ਨੌਕਰੀ ਕਰਦੇ ਆ ਡੇਲੀ ਬੇਸ 'ਤੇ। ਔਰ ਜਦੋਂ ਦਾ ਮੈਂ ਲੱਗਾ 8-7 ਮਹੀਨੇ ਹੋ ਗਏ ਆ ਉਦੋਂ ਤਾਂ ਮੇਰੇ ਕੋਲ ਸਰਵਿਸ ਕਰਦੇ ਆ ਔਰ ਆਪਣੀ ਮਿਹਨਤੀ ਸਟਾਫ ਆ ਔਰ ਬਹੁਤ ਵਧੀਆ ਆਪਣਾ ਡਿਊਟੀ ਨਿਭਾਉਂਦੇ ਆ। ਬੇਟਾ ਇਹਨਾਂ ਦਾ ਜਿੱਤ ਕੇ ਆਇਆ, ਗੋਲਡ ਮੈਡਲ ਜਿੱਤਿਆ ਉਹਨੇ, 10 ਜੂਨ ਨੂੰ ਵਾਪਸ ਆ ਰਿਹਾ, ਤੁਹਾਨੂੰ ਕਿਸ ਤਰ੍ਹਾਂ ਦੀ ਮਹਿਸੂਸ ਹੋ ਰਹੀ, ਖੁਸ਼ੀ ਜਾਂ ਫਿਰ ਤੁਹਾਨੂੰ ਆ ਕੇ ਜਦੋਂ ਮਿਲਦਾ ਸੀ ਤਾਂ ਕਿਸ ਤਰ੍ਹਾਂ ਸੁਭਾਅ ਲੱਗਦਾ? ਦੇਖੋ ਮੈਂ ਤੁਹਾਨੂੰ ਦੱਸਾਂ ਵੀ ਜਿਸ ਤਰ੍ਹਾਂ ਸਾਨੂੰ ਆਪਣੇ ਬੱਚੇ ਹਨ, ਇਸ ਬੱਚੇ 'ਚ ਮੈਂ ਉਹ ਆਪਣਾਪਣ ਵੇਖਿਆ ਔਰ ਜਿਹੜਾ ਇੱਥੇ ਆ ਕੇ ਮਿਲ ਕੇ ਜਾਣਾ ਅਤੇ ਉਹਦੇ ਬਾਰੇ ਤਾਂ ਹੁਣ ਮੈਂ ਤੁਹਾਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਜਿਸ ਬੱਚੇ ਨੇ ਹਰ ਟਾਈਮ 'ਤੇ ਨੇ ਕੇ ਗੋਡੀ ਹੱਥ ਲਾ ਕੇ ਜੋ ਅੱਜ ਕੱਲ੍ਹ ਸੰਸਕਾਰ ਜਿਹੜੇ ਜਾ ਚੁੱਕੇ ਆ ਆਮ ਤੌਰ 'ਤੇ ਘਰਾਂ 'ਚੋਂ, ਉਹ ਸੰਸਕਾਰ ਉਸ ਬੱਚੇ 'ਚ ਮੈਂ ਦੇਖ ਕੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਰਹੀ ਆ। ਔਰ ਸਪੋਰਟਸ ਦੇ ਖੇਤਰ ਵਿੱਚ ਮੈਂ ਖੁਦ ਵੀ ਜੁੜਿਆ ਹੋਇਆ ਹਾਂ ਔਰ ਜਦੋਂ ਵੀ ਇਹ ਸਪੋਰਟਸ ਦੇ ਖੇਤਰ ਦੇ ਵਿੱਚ ਉਹਨੇ ਕੋਈ ਮਾਲ ਮਾਰਨੀ ਤਾਂ ਮੈਂ ਇਹਨੂੰ ਆਵਾਜ਼ ਮਾਰਨੀ, ਰਾਜੀ ਮੈਡਮ ਪਲੀਜ਼ ਤੁਹਾਡਾ ਅੱਜ ਖੁਸ਼ੀ ਵੇਖੋ, ਅੱਜ ਰੱਬ ਤੁਹਾਨੂੰ ਅੱਗੇ ਤੋਂ ਅੱਗੇ ਲੈ ਕੇ ਜਾ ਰਿਹਾ। ਅਤੇ ਇਹਨਾਂ ਨੇ ਬੜੀ ਖੁਸ਼ੀ ਫੀਲ ਕਰਨੀ, ਪਰ ਉਹਨਾਂ ਦੇ ਕੁਛ ਅਜੇ ਮੁਕਾਮ ਸੀਗੇ, ਉਹਨਾਂ ਹਰ ਵਾਰੀ ਇਹ ਕਹਿਣਾ ਵੀ ਸਰ ਇਹਦੇ ਨਾਲ ਕੀ ਹੋਊ। ਮੈਂ ਕਿਹਾ ਵੀ ਇਹਦੇ ਬਾਰੇ ਤੈਨੂੰ ਨਹੀਂ ਪਤਾ ਵੀ ਤੂੰ ਨੌਲੇਜ ਨਹੀਂ ਰੱਖਦੀ, ਜਾਂ ਤੇਰੇ ਬੇਟੇ ਨੂੰ ਜਿਹੜੇ ਕੋਚ ਸਰਕਾਰ ਨੇ ਸਰਦਾਰ ਬਲਦੇਵ ਸਿੰਘ ਹੋਣੀ ਅਤੇ ਜਾਂ ਸਾਨੂੰ ਅਸੀਂ ਇਹ ਖੇਤਰ 'ਚ ਰਹੇ ਹਾਂ, ਤੂੰ ਸਮਝ ਲਾ ਵੀ ਹੁਣ ਉਹਦੀਆਂ ਉਪਲਬਧੀਆਂ ਦਾ ਟਾਈਮ ਜਿਹੜਾ ਉਹ ਆ ਗਿਆ। ਅਤੇ ਔਰ ਮੈਂ ਇਹਨੂੰ ਇਹਦੀ ਜਿਹੜੀ ਗੋਲਡ ਮੈਸਟਰਸ ਆਇਆ ਨਾ, ਔਰ ਮੈਂ ਸਾਰੇ ਸਟਾਫ ਵੱਲੋਂ ਵੀ ਇਹਨੂੰ ਵਧਾਈ ਵੀ ਦਿੱਤੀ ਆ, ਤੁਹਾਨੂੰ ਵਧਾਈ ਦਿੰਦਾ ਔਰ ਪੂਰੇ ਆਪਣੇ ਜ਼ਿਲ੍ਹੇ ਨੂੰ ਪੂਰੇ ਆਪਣੇ ਆਪਣੇ ਹਰਕੇ ਨੂੰ ਕਹੂੰਗਾ ਵੀ ਸਾਡਾ ਇਹਨੇ ਮਾਣ ਵਧਾਇਆ ਔਰ ਮੈਂ ਬਹੁਤ ਖੁਸ਼ ਹਾਂ, ਹੱਦ ਤੋਂ ਵੱਧ ਖੁਸ਼ ਜੀ। ਮੈਂ ਅੱਜ ਜਦ ਜਦੋਂ ਆਏਗਾ ਨਾ ਅਤੇ ਜੋ ਇਹ ਮੈਡਮ ਜੀ ਮੇਰੇ ਕਹਿਣਗੇ, ਰਜਨੀ ਮੈਡਮ ਜੀ, ਇਹਨਾਂ ਦੇ ਨਾਲ ਸੰਯੋਗ ਦੇ ਨਾਲ ਜੋ ਸਾਡੇ ਕੋਲ ਅਸੀਂ ਸਾਰਾ ਕੁਝ ਕਰਾਂਗੇ, ਭੰਗੜੇ ਵਗੈਰਾ ਤਾਂ ਤੁਹਾਨੂੰ ਪਤਾ ਖੁਸ਼ੀਆਂ ਦੇ ਨਾਲ ਪੈਂਦੇ ਹੀ ਪੈਂਦੇ ਆ, ਔਰ ਜੋ ਵੀ ਕੋਈ ਫੰਕਸ਼ਨ ਕਹਿਣਗੇ ਜਿੱਦਾਂ ਦਾ ਫੰਕਸ਼ਨ ਕਹਿਣਗੇ ਕਰਨ ਵਾਸਤੇ, ਅਸੀਂ ਉਹ ਸਾਰਾ ਕੁਝ ਇਹਨਾਂ ਦੇ ਨਾਲ ਸੰਯੋਗ ਨਾਲ ਕਰਾਂਗੇ। ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਜਿਸ ਦਿਨ ਮੈਂ ਆਪਣੇ ਬੇਟਾ ਜੀ ਨੂੰ ਜਨਮ ਦਿੱਤਾ ਸੀ ਉਸ ਤੋਂ ਬਾਅਦ ਅੱਜ 19 ਸਾਲ ਬਾਅਦ ਮੈਂ ਲੱਡੂ ਵੰਡ ਕੇ ਦੇਖੇ ਆ ਕਿ ਮੈਂ ਬਹੁਤ ਗਰੀਬੀ ਹੰਢਾਈ ਆ, ਬਹੁਤ ਜ਼ਿਆਦਾ, ਵੀ ਜਿਸ ਗਰੀਬੀ ਦਾ ਕੋਈ ਅੰਤ ਨਹੀਂ, ਔਰ ਮੈਂ ਉਹਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੀ ਕਿ ਮੈਂ ਸਾਰੀ ਸਾਰੀ ਰਾਤ ਸੌਂ ਕੇ ਨਹੀਂ ਦੇਖਿਆ। ਔਰ ਅੱਜ ਮੈਨੂੰ ਇੱਦਾਂ ਲੱਗ ਰਿਹਾ ਕਿ ਜਿਵੇਂ ਮੈਂ ਦੁਬਾਰਾ ਤੋਂ ਆਪਣੇ ਬੱਚੇ ਨੂੰ ਫਿਰ ਜਨਮ ਦਿੱਤਾ, ਮੈਨੂੰ ਅੱਜ ਉਹ ਵਾਲੀ ਖੁਸ਼ੀ ਮਹਿਸੂਸ ਹੋ ਰਹੀ। ਹਸਬੈਂਡ ਦੀ ਕਿੱਦਾਂ ਡੈਥ ਹੋ ਗਈ ਅਤੇ ਕਿੱਥੇ ਨੌਕਰੀ ਕਰਦੇ ਸੀ? ਹਸਬੈਂਡ ਬਠਿੰਡੇ ਨੌਕਰੀ ਕਰਦੇ ਸੀ ਸਰ, ਅਤੇ ਉਹਨਾਂ ਦੀ ਪੀਲੀਆ ਦੀ ਬਿਮਾਰੀ ਦੇ ਦੌਰਾਨ ਉਹਨਾਂ ਦੀ ਡੈਥ ਹੋ ਗਈ। ਅਤੇ ਹੁਣ ਤੁਸੀਂ ਕਿੱਥੇ ਨੌਕਰੀ ਕਰ ਰਹੇ ਹੋ? ਹੁਣ ਸਰ ਮੈਂ ਸਿਵਲ ਲਾਈਨ ਸਾਂਸ ਕੇਂਦਰ ਵਿਖੇ ਡਿਊਟੀ ਕਰ ਰਹੀ ਬਟਾਲਾ। ਇਹ ਕੰਫਰਮ ਹੈ ਤੁਹਾਡੀ ਡਿਊਟੀ? ਸਰ ਨਹੀਂ, ਮੇਰੀ ਡਿਊਟੀ ਪਰਮਾਨੈਂਟ ਨਹੀਂ ਹੈਗੀ। ਹਾਂਜੀ, ਮੈਨੂੰ ਡੇਲੀ ਵੇਜਸ ਦੇ DGP ਅਰੋੜਾ ਸਾਹਿਬ ਵੱਲੋਂ ਇੱਥੇ ਡਾਟਾ ਆਪਰੇਟਰ ਭਰਤੀ ਕੀਤਾ ਗਿਆ। ਕੀ ਕਾਰਨ ਹੋ ਗਿਆ ਤੁਹਾਨੂੰ ਆਪਣੇ ਹਸਬੈਂਡ ਦੀ ਜਗ੍ਹਾ 'ਤੇ ਕਿਉਂ ਨਹੀਂ ਨੌਕਰੀ ਹੁਣ ਤੱਕ ਕਰ ਮਿਲ ਪਾਈ? ਸਰ ਕਿਤੇ ਤੁਸੀਂ ਜਾ ਆਏ? ਮੈਂ ਚੰਡੀਗੜ੍ਹ DGP ਆਫਿਸ 'ਤੇ ਕੋਈ ਅਣਗਿਣਤ ਵਾਰੀ ਜਾ ਚੁੱਕੀ ਹਾਂ, ਪਤਾ ਹੀ ਨਹੀਂ ਵੀ ਕਿੰਨੀ ਕੁ ਵਾਰੀ ਜਾ ਚੁੱਕੀ ਹਾਂ, ਬਹੁਤ ਵਾਰੀ ਜਾ ਚੁੱਕੀ ਹਾਂ। ਆਪਣੇ ਬਠਿੰਡੇ IG ਆਫਿਸ ਬਹੁਤ ਵਾਰੀ ਮੈਂ ਜਾ ਚੁੱਕੀ ਹਾਂ, CM ਹਾਊਸ ਜਦੋਂ ਆਪਣੇ ਬਾਦਲ ਸਾਹਿਬ CM ਸਾਹਿਬ ਸੀ ਉਹਦੇ ਨਾਲ ਮੈਂ ਉਹਨਾਂ ਨੂੰ ਮਿਲੀ ਵੀ ਹਾਂ, ਕੋਲ ਬੈਠ ਕੇ ਵੀ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਮੈਨੂੰ ਇਸ ਤਰ੍ਹਾਂ ਥਾਪੀ ਦੇ ਕੇ ਪੂਰਨ ਵਿਸ਼ਵਾਸ ਦਵਾਇਆ ਕਿ ਬੱਚੇ ਤੁਸੀਂ ਜਾਓ, ਆਪਾਂ ਤੁਹਾਡੀ ਇਸ ਫਾਈਲ ਨੂੰ ਵਾਚ ਕੇ ਤਾਂ ਆਪਾਂ ਤੁਹਾਨੂੰ ਤੁਹਾਡੇ ਹਸਬੈਂਡ ਦੀ ਜਗ੍ਹਾ 'ਤੇ ਨੌਕਰੀ ਜ਼ਰੂਰ ਦੇਵਾਂਗੇ। ਮੈਂ ਉਸ ਸਰਕਾਰ ਦੇ ਬਾਰੇ ਮਾੜਾ ਕੁਛ ਨਹੀਂ ਬੋਲਣਾ ਚਾਹੁੰਦੀ, ਪਰ ਚਲੋ ਜਦੋਂ ਮੇਰੇ ਲਈ ਕੁਝ ਕਰਕੇ ਨਹੀਂ ਗਏ ਤਾਂ ਆਪਾਂ ਤਾਂ ਫਿਰ ਆਖਾਂਗੇ ਕਿ ਸਾਨੂੰ ਕੁਛ ਨਹੀਂ ਦੇ ਕੇ। ਇਕੱਲਿਆਂ ਰਹਿ ਕੇ ਦੋ ਬੱਚਿਆਂ ਨੂੰ ਪਾਲਣਾ, ਉਹ ਵੀ ਡੇਲੀ ਬੇਸ 'ਤੇ ਨੌਕਰੀ ਕਰਕੇ, ਕਿੰਨੀਆਂ ਕੁ ਮੁਸ਼ਕਲਾਂ ਪੈਣੀਆਂ? ਸਰ ਮੁਸ਼ਕਲਾਂ ਇਹ ਸੀ ਕਿ ਮੈਂ ਆਪਣੇ ਸੁਪਨਿਆਂ ਨੂੰ ਖਤਮ ਕਰ ਦਿੱਤਾ ਸੀ, ਮੈਂ ਕਦੇ ਆਪਣੇ ਬਾਰੇ ਨਹੀਂ ਸੀ ਸੋਚਿਆ ਕਿ ਇਹ ਸੂਟ ਸਵਾਲਾ ਇਹ ਲੱਲਾ ਵੋ ਲੱਲਾ, ਖਤਮ ਸੀ ਕਹਾਣੀ। ਸਿਰਫ ਮੈਂ ਇਹ ਦੇਖਿਆ ਕਿ ਬੱਚਿਆਂ ਨੂੰ ਕੀ ਚਾਹੀਦਾ, ਕਦੇ ਕਿਸੇ ਰਿਸ਼ਤੇਦਾਰ ਕੋਲ ਪੈਸੇ ਲਓ, ਕਦੇ ਕਿਸੇ ਰਿਸ਼ਤੇਦਾਰ ਕੋਲ ਪੈਸੇ ਲਓ, ਦੋਨਾਂ ਬੱਚਿਆਂ ਨੂੰ ਸਕੂਲ ਤੋਂ ਬੱਸ ਦੀ ਵੀ ਮੈਂ ਫੈਸਿਲਿਟੀ ਦਵਾਈ ਕਿ ਦੋਨੋਂ ਮੇਰੇ ਬੱਚੇ ਬੱਸ 'ਤੇ ਜਾਣ ਔਰ ਬੱਸ 'ਤੇ। ਨੋ ਸਰ, ਮੇਰੇ ਇਨਲੋਜ ਨੇ ਬਿਲਕੁਲ ਕੋਈ ਸਾਥ ਨਹੀਂ ਦਿੱਤਾ, ਮੇਰੇ 16 ਸਾਹਿਬ 1% ਵੀ ਮੇਰਾ ਸਾਥ ਨਹੀਂ, ਸਗੋਂ ਮੈਨੂੰ ਟੋਰਚਰ ਕੀਤਾ ਗਿਆ ਕਿ ਜਿੰਨਾ ਇਹ ਆਪਣੇ ਨਾਨਕਿਆਂ ਤੋਂ ਕਣਕ ਚਾਵਲ ਲਿਆਉਣ ਔਰ ਉੱਥੋਂ ਖਾਣ ਖਾਣ। ਅੱਜ ਫਿਰ ਕਿੰਨੀ ਖੁਸ਼ੀ ਹੋ ਰਹੀ ਹੈ ਜਦੋਂ ਬੱਚੇ ਦੀ ਇਸ ਪ੍ਰਾਪਤੀ ਦੇਖਿਆ? ਸਰ ਮੈਂ ਫਿਰ ਵੀ ਕਹਿੰਦੀ ਹਾਂ ਕਿ ਚਲੋ ਕੋਈ ਗੱਲ ਨਹੀਂ, ਮੇਰੀ ਨਹੀਂ ਸਪੋਰਟ ਕੀਤੀ ਤਾਂ ਕੋਈ ਗੱਲ ਨਹੀਂ, ਆਖਿਰਕਾਰ ਪੋਤਾ ਪੁੱਤਰੀ ਤਾਂ ਉਹਨਾਂ ਦੇ ਹੀ ਨੇ ਨਾ। ਮੈਂ ਫਿਰ ਵੀ ਆਪਣੇ 16 ਸਾਹਿਬ ਦੀ ਬਹੁਤ ਰਿਸਪੈਕਟ ਕਰਨੀ ਹੈ ਕਿਉਂਕਿ ਮੈਂ ਵਾਹਿਗੁਰੂ ਨੂੰ ਮੰਨਣ ਵਾਲੀ ਹਾਂ, ਮੈਂ ਨੀਵੀਂ ਹੋ ਕੇ ਚੱਲਦੀ ਔਰ ਨੀਵੀਂ ਹੋ ਕੇ ਚੱਲਾਂਗੀ, ਜੋ ਮੇਰੇ ਵਾਸਤੇ 16 ਸਾਹਿਬ ਲਈ ਹੋਏਗਾ ਮੈਂ ਜ਼ਰੂਰ ਕਰਾਂਗੀ, ਬਟ ਉਹਨਾਂ ਨੇ ਮੇਰੀ ਸਪੋਰਟ ਨਹੀਂ ਕੀਤੀ, ਕਿਤੇ ਨਾ ਕਿਤੇ ਮੇਰੇ ਦਿਲ ਦੇ ਵਿੱਚ ਉਹਨਾਂ ਵਾਸਤੇ ਬਹੁਤ ਗੁੱਸਾ ਵਾ ਕਿ ਉਹ ਪ੍ਰੋਪਰਟੀ ਦੇ, ਜਾਂ ਤਾਂ ਕਹਿੰਦਾ ਕਿ ਪ੍ਰੋਪਰਟੀ ਨਹੀਂ ਹੈਗੀ, ਪ੍ਰੋਪਰਟੀ ਬਹੁਤ ਆ, ਉਹ ਵੇਚ ਚੁੱਕੇ ਨੇ ਜਿਹਦੇ ਵਿੱਚ ਉਹ ਸਾਨੂੰ ਕੁਛ ਨਹੀਂ ਦਿੱਤਾ। ਬੱਚਿਆਂ ਦਾ ਕੀ ਸੁਪਨਾ ਹੈਗਾ, ਕਦੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਪਰ ਤਕਰੀਬਨ ਜਾਂ ਬੇਟੀ ਨੇ?
मेरे बेटा जी का यह सुपना वा भी जो मेरी माँ ने अज तक जिंदगी दे विच सुख नहीं वेख्या मैं अपनी माँ नूं राज करवाउणा वा और मेरे दोनों बच्चों का ही सुपना वा कि आपां खाखी वर्दी ही लैनी पंजाब पुलिस के खेत्र विच ही वापस आना जो साडे फादर साहब इस वर्दी नूं लैके रोंदे रहे ने आपां उस वर्दी नूं वापस लैणा और सर मेरी भी एक गड़स बन गई मेरे अंदर कि मैं ये वर्दी वापस लैनी आपां एक जने नहीं लैनी आपां तीन जने ने लैनी सर ਵਰਤਪ੍ਰੀਤ ਤਾਂ ਮੇਰੀ ਮਾਰਨਿੰਗ ਗੱਲ ਹੋਈ ਸੀ ਵਟਸਐਪ ਤੇ ਬਸ ਮਿੰਟ ਦੇ ਮਿੰਟ ਕਹਿੰਦੇ ਮੰਮਾ ਮੇਰੀ ਦਾਸ ਨੂੰ ਸ਼ਾਇਦ ਵਾਪਸੀ ਆ ਵੀ ਸ਼ੋਰ ਨਹੀਂ ਅਜੇ ਹੈਗੇ ਉਹਨਾਂ ਦੇ ਕੋਈ ਰਸਤੇ 'ਚ ਸਟੇ ਹੈਗੇ ਨੇ ਇੰਟਰਵਿਊ ਹੋਣੀ ਆ ਉਹਨਾਂ ਦੀਆਂ ਉੱਥੇ ਜਦੋਂ ਮੇਰੇ ਬੇਟਾ ਜੀ ਆਉਣਗੇ ਮੈਂ ਉਹਨਾਂ ਨੂੰ ਜਲੰਧਰ ਆਪਣੇ ਕਾਤਿਆ ਚੁੰਗੀ ਤੋਂ ਉਹਨਾਂ ਨੂੰ ਰਿਸੀਵ ਕਰਾਂਗੀ ਔਰ ਢੋਲ ਲੈ ਕੇ ਜਾਵਾਂਗੀ ਔਰ ਮੈਨੂੰ ਵਾਹਿਗੁਰੂ ਨੇ ਨੀਚੇ ਆਣ ਕੇ ਮੇਰੀ ਝੋਲੀ 'ਚ ਖੁਸ਼ੀ ਪਾਈ ਆ ਅਤੇ ਮੈਂ ਬਹੁਤ ਖੁਸ਼ ਹਾਂ ਸਰ।